ਸਭ ਇਕ ਹੋ ਜਾਓ ਆਜ਼ਾਦੀ ਦਾ ਦੀਪ ਜਲਾਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾਤ ਜਮੂਲ ਵਸੀ ਖਾਲਸਾ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਆਰਐਸਐਸ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਕਿ ਰਾਖਮਾਂ ਕਰਨ ਜਿਹੜਾ ਉਹ ਨਹੀਂ ਚਾਹੀਦਾ ਸਿੱਖ ਬਹੁਤ ਬਹਾਦਰ ਲੋਕ ਨੇ ਇਹਨਾਂ ਦੀ ਗਿਣਤੀ 1.75% ਹੈ ਤੇ ਇਹ ਰਾਖਮਾਂ ਕਰਨੀ ਚਾਹੁੰਦੇ ਕਹਿੰਦਾ ਮਤਲਬ ਇੱਕ ਤਰੀਕੇ ਦਾ ਪ੍ਰਚਾਰ ਹੋ ਆ ਰਾਖਮਾਂ ਕਰ ਦੇ ਖਿਲਾਫ ਕਰ ਰਹੇ ਉਹਦੇ ਬਾਰੇ ਆਪਾਂ ਫਿਰ ਗੱਲਬਾਤ ਕਰਨ ਜਾ ਰਹੇ ਹਾਂ ਮੰਡਲ ਕਮਿਸ਼ਨ ਦੀ ਵੀ ਗੱਲਬਾਤ ਕਰਾਂਗੇ ਕਾਕਾ ਕਾਲ ਕੇਅਰ ਕਮਿਸ਼ਨ ਦੀ ਵੀ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਸੰਵਿਧਾਨ ਦੇ ਵਿੱਚ 85% ਲੋਕ ਜਨੂੰ ਹੱਕ ਦਿੱਤੇ ਗਏ ਆ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਬ੍ਰਾਹਮਣ ਆ ਉਹ ਆਰਐਸਐਸ ਆ ਉਹ 85% ਨੂੰ ਹੱਕ ਨਹੀਂ ਦੇਣਾ ਚਾਹੁੰਦੇ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਹੁਣ ਜਿਹੜੀ ਰਿਜ਼ਰਵੇਸ਼ਨ ਆ ਰਾਖਮ ਕਰਨ ਕੀਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬਾਬਾ ਸਾਹਿਬ ਅੰਬੇਦਕਰ ਨੇ ਬ੍ਰਿਟਿਸ਼ ਕੋਲ ਬੇਨਤੀ ਕੀਤੀ ਵੀ ਤੁਸੀਂ ਤਾੜਵੀਂ ਆ ਤੁਸੀਂ ਚਲੇ ਚੱਲੇ ਆ ਵੀ ਐ ਜਿਹੜੇ ਤਾੜਵੀ ਆ ਆਰੀਆ ਪੁੱਤਰ ਬ੍ਰਾਹਮਣ ਖੱਤਰੀ ਵੈਸ਼ ਇਹ 4000 ਸਾਲ ਤੋਂ ਸਾਡੇ ਇੱਥੇ ਬੈਠੇ ਆ ਸਾਡੇ ਤੇ ਰਾਜ ਕਰਦੇ ਵੀ ਜਦੋਂ ਮੁਗਲ ਆਏ ਉਹਨਾਂ ਨਾਲ ਵੀ ਨੇ ਮਿਲ ਕੇ ਰਾਜ ਕੀਤਾ ਉਹਨਾਂ ਨੂੰ ਕੁੜੀਆਂ ਦਿੱਤੀਆਂ ਉਹਨਾਂ ਨੇ ਤੇ ਸਾਡਾ ਪਰ ਜਿਹੜੇ ਮਹਾਪੋਰਸੀ ਉਹਨਾਂ ਨੂੰ ਸ਼ਹੀਦ ਕੀਤਾ ਜਿੱਦਾਂ ਪੰਜਵੇਂ ਪਾਛਾਂ ਨੂੰ ਸ਼ਹੀਦ ਕੀਤਾ ਨੌਵੇਂ ਪਾਛਾਂ ਨੂੰ ਸ਼ਹੀਦ ਕੀਤਾ ਇਹ ਰਲਿਓ ਸੀ ਇਹਨਾਂ ਦੇ ਨਾਲ ਤੇ ਫਿਰ ਤੁਸੀਂ ਆ ਗਏ ਤੁਹਾਡੇ ਨਾਂ ਲੈ ਕੇ ਸਾਡੇ ਤੇ ਰਾਜ ਕਰਦੇ ਆ ਵੀ ਸਾਡੇ ਜਿਹੜੇ 85% ਲੋਕ ਆ ਜਿਨ੍ਹਾਂ ਨੂੰ 6843 ਜਾਤਾਂ ਚ ਵੰਡ ਕੇ ਤੇ ਉਹ 6843 ਜਾਤਾਂ ਇੱਕ ਦੂਜੇ ਨੂੰ ਨਫ਼ਰਤ ਕਰਦੀਆਂ ਤੇ ਉਹ ਇੱਕ ਨਹੀਂ ਹੈਗੇ ਤਾਂ ਇਸ ਕਰਕੇ ਇਹ ਦੁਬਾਰਾ ਰਾਜ ਨਾ ਕਰ ਲੈਣ ਉੱਪਰ ਸਾਡੇ 15% ਜਿਹਦਾ ਅੱਜ ਸਾਡੇ ਤੇ ਕਬਜ਼ਾ ਕਰ ਚੁੱਕੇ ਆ ਤੁਸੀਂ ਦੇਖ ਲਿਓ ਪ੍ਰਾਈਮ ਮਿਨਿਸਟਰ ਬਾਹਮਣੇ ਬਣਦਾ ਖਾਸ ਤੌਰ ਤੇ ਜਦੋਂ ਕਿ ਇਹਨਾਂ ਦੀ ਗਿਣਤੀ 3.5% ਬਾਹਮਣਾਂ ਦੀ ਤੇ ਟੋਟਲ ਗਿਣਤੀ ਬਾਹਮਣਾਂ ਖੱਤਰੀਆਂ ਵੈਸ਼ਾਂ ਦੀ 15% ਬਣਦੀ ਹੈ ਤੇ ਬਾਬਾ ਸਾਹਿਬ ਮੇਟ ਕਰ ਕਹਿੰਦੇ ਵੀ 15% ਲੋਕਾਂ ਤੇ ਲਿਮਟ ਲਾ ਦਿਓ ਲਿਮਟ ਲਾ ਦਿਓ ਤਾਂ ਕਿ ਆਜ਼ਾਦ ਭਾਰਤ ਦੇ ਵਿੱਚ ਜਿਹੜੇ 85% ਲੋਕ ਆ ਉਹਨਾਂ ਦਾ ਹੱਕ ਜਿਹੜਾ ਰਾਖ ਮਾਰਖਿਆ ਜਾਵੇ ਜੇ 15% ਤੇ ਲਿਮਟ ਲੱਗ ਜਾਂਦੀ ਆ ਬੇ ਬ੍ਰਾਹਮਣ ਖੱਤਰੀ ਬਾਣੀਆਂ ਇਹ ਜਿਹੜੇ ਲੋਕ ਆ ਆਜ਼ਾਦ ਭਾਰਤ ਦੇ ਵਿੱਚ 15% ਤੋਂ ਵੱਧ jobਾਂ ਨਹੀਂ دی ਜਾ ਸਕਦੇ ਤਾਂ ਜਿਹੜੇ ਵੀ 85% ਲੋਕਾਂ ਦੇ ਹੱਕ ਆਪੇ ਰੱਖਵੇਂ ਰੱਖੇਗਾ ਇਹ ਸੀ ਰਿਜ਼ਰਵੇਸ਼ਨ ਜਿਹਦੇ ਖਿਲਾਫ ਇਹਨਾਂ ਨੇ ਡਟ ਕੇ ਪ੍ਰਚਾਰ ਕੀਤਾ ਔਰ ਤੁਸੀਂ ਦੇਖੋ ਪੰਜਾਬ ਦਾ ਕਿਸਾਨ ਉਹ ਕਹਿੰਦਾ ਮੈਂ ਖੁਦਕਸ਼ੀਆਂ ਦਾ ਕਰ ਲੈਣੀਆਂ ਮੇਰੇ ਤੋਂ ਲੋਨ ਨਹੀਂ ਮੋੜ ਹੁੰਦਾ ਪਰ ਮੈਂ ਰਿਜ਼ਰਵੇਸ਼ਨ ਹੀ ਲੈਣੀ ਕਿਉਂਕਿ ਇਹਨਾਂ ਨੇ ਸੋਚ ਦਿੱਤਾ ਵੀ ਰਿਜ਼ਰਵੇਸ਼ਨ ਤਾਂ ਇੱਕ ਨੀਵੀਂ ਜਾਤਾਂ ਨੂੰ ਮਿਲਦੀ ਹੈ ਇਹ ਨਹੀਂ ਚੱਕਰ ਹੈਗਾ ਜਿਹੜੀ ਰਿਜ਼ਰਵੇਸ਼ਨ ਆ ਉਹ ਜਿਹੜੇ 85% ਲੋਕ ਜਿਨ੍ਹਾਂ ਨੂੰ 5000 ਸਾਲ ਤੋਂ ਗੁਲਾਮ ਕੀਤਾ ਗਿਆ ਅਨਪੜ੍ਹ ਰੱਖ ਕੇ ਸਿਰਫ ਉੱਪਰਲੇ ਵਰਨਾ ਦੀ ਸੇਵਾ ਕਰਨੇ ਕਿਹਾ ਸੀ ਤੇ ਬਾਬਾ ਸਾਹਿਬ Ambedkar ਕਿਹਾ ਸੀ ਵੀ ਇਹ ਲੋਕ 85% ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਤਾਂ ਹਮੇਸ਼ਾ ਅਨਪੜ੍ਹ ਰੱਖਿਆ ਗਿਆ ਇਸ ਕਰਕੇ 15% ਤੇ ਲਿਮਟ ਲਾ দাও 85% ਲੋਕਾਂ ਦਾ ਹੱਕ ਰਾਖ ਮਾਰ ਰੱਖਿਆ ਜਾਵੇ ਇਹ ਬਾਬਾ ਸਾਹਿਬ Ambedkar ਨੇ ਮੰਗ ਕੀਤੀ ਸੀ ਗੋਲ ਮੇਜ਼ ਕਾਨਫਰੰਸ ਵਿੱਚ ਤੇ ਉਹਨਾਂ ਨੇ ਕਮਿਊਨਲ ਅਵਾਰਡ ਦੇ ਵਿੱਚ ਜਿਹੜੀਆਂ ਕਾਫੀ ਪੂਰੀਆਂ ਕੀਤੀਆਂ ਉਹ ਤੋਂ ਪਹਿਲਾਂ ਸਾਇਮਨ ਕਮਿਸ਼ਨ ਭੇਜਿਆ ਤੇ ਸਾਇਮਨ ਕਮਿਸ਼ਨ ਦੇ ਅਗੇਂਸਟ ਜਿਹੜੇ ਸਾਡੇ ਲੀਡਰ ਸੀ ਸਿੱਖ ਲੀਡਰ ਉਹਨਾਂ ਨੇ ਸਾਨੂੰ ਕੀਤਾ ਤੇ ਅਸੀਂ ਕਹਤਾ ਗੋ ਬੈਕ ਸਾਇਮਨ ਕਮਿਸ਼ਨ ਸਾਨੂੰ ਇਹ ਸਾਡੇ ਹੱਕ ਨਹੀਂ ਚਾਹੀਦੇ ਜਿਹੜੀ ਗਿਣਤੀ ਦੇ ਮੁਤਾਬਕ ਜੌਬਾਂ ਮੈਣੀਆਂ ਸੀ ਹਰ ਬੰਦੇ ਨੂੰ ਕਿਉਂਕਿ 6743 ਜਾਤਾਂ ਦੀ ਸਾਡੀ ਡਿਵੀਜ਼ਨ ਕਰਤੀ ਇਨਸਾਨ ਦੀ ਹੁਣ ਇੱਕ ਦੂਜੇ ਨੂੰ ਇਹ ਨਫਰਤ ਵੀ ਕਰਦੇ ਸੀ ਹੁਣ ਜਿੰਨੀ ਜਾਤ ਆ ਜਿੰਨੀ ਜਾਤ ਦੀ ਗਿਣਤੀ ਆ ਉਹਦੀ ਗਿਣਤੀ ਕਰਾ ਕੇ ਉਹਨੇ ਪਰਸੈਂਟ ਆ ਜਾਤ ਭਾਰਤ ਵਿੱਚ ਉਹਨੂੰ ਹਿੱਸਾ ਮਿਲਣਾ ਹੁਣ ਜਦੋਂ ਸਾਰੀਆਂ ਜਾਤਾਂ ਨੂੰ ਆਪਾਂ ਸਾਰੇ ਕਹਿੰਨੇ ਆ ਨਾ ਵੀ ਜਿਹੜੀ ਰਿਜ਼ਰਵੇਸ਼ਨ ਆ ਇਹ ਤਾਂ ਕਾਸਟ ਕੈਰੀ ਕਰਦੀ ਆ ਆਪਾਂ ਇਹ ਬ੍ਰਾਹਮਣ ਨੇ ਸਾਡੇ ਗੱਲ ਦਿਮਾਗ ਚ ਪਾ ਦਿੱਤੀ ਜਿਹੜੀ ਰਿਜ਼ਰਵੇਸ਼ਨ ਆ ਕਾਸਟ ਕੈਰੀ ਕਰਦੀ ਆ ਅਮਰਤ ਛੱਕ ਲਓ ਵੀ ਜਿਹੜਾ ਵੀ ਕਾਸਟ ਖਤਮ ਹੋ ਜਾਂਦੀ ਆ ਹੁਣ ਤੁਸੀਂ ਦੇਖੋ ਜਿਹੜੇ ਬੰਦਿਆਂ ਨੇ ਅਮਰਤ ਛੱਕਿਆ ਕਿ ਜਾਤ ਛੱਡ ਦਿੱਤੀ ਉਹਨਾਂ ਨੇ ਕਿ ਜਲੂਸ ਨਹੀਂ ਕਢਦੇ ਆਪਾਂ ਰਿਸ਼ਤੇ ਨਾਤਿਆਂ ਦੇ ਵਿੱਚ ਵੀ ਇਹ ਸਾਨੂੰ ਅਮਰਤਧਾਰੀ ਸਿੱਖ ਨੂੰ ਇਹ ਜਾਤ ਦੀ ਲੜਕੀ ਚਾਹੀਦੀ ਆ ਅਸੀਂ ਹੱਕ ਨਹੀਂ ਲੈ ਜਾਤੀ ਆਧਾਰ ਤੇ ਅਸੀਂ ਨਫਰਤ ਜਾਰੀ ਰੱਖੀ ਅਸੀਂ ਰਿਸ਼ਤੇ ਨਾਤੇ ਜਿਹੜੇ ਆ ਉਹ ਵੀ ਜਾਤੀ ਆਧਾਰ ਤੇ ਕਰਦੇ ਆ ਜੇ ਆਪਾਂ ਰਿਸ਼ਤੇ ਨਾਤੇ ਜਾਤੀ ਆਧਾਰ ਤੇ ਕਰਦੇ ਆ ਤੇ ਜੇ ਸਾਨੂੰ 85% ਲੋਕਾਂ ਨੂੰ ਆਜ਼ਾਦ ਭਾਰ ਦੇ ਵਿੱਚ 85% ਹਿੱਸਾ ਜਾਤੀ ਆਧਾਰ ਤੇ ਮਿਲ ਜਾਂਦਾ ਤੇ ਸਾਡੇ ਬੱਚੇ ਪੜ੍ਹ ਲਿਖ ਜਾਂਦੇ ਆ ਸਾਡੇ ਬੱਚੇ ਜੌਬ ਕਰਨ ਲੱਗ ਪੈਂਦੇ ਆ ਤੇ ਜੌਬਾਂ ਜਦੋਂ ਕਰਨੀਆਂ ਪੜ੍ਹ ਲਿਖ ਕੇ ਜਾਣਾ ਉਹ ਜਿਹੜੇ ਗਾਂਹਾਂ ਬੱਚੇ ਜਾਂ ਇੰਟੈਲੀਜੈਂਟ ਹੋਣੇ ਆ ਤੇ ਬ੍ਰਾਹਮਣ ਖੱਤਰੀ ਵੈਸ਼ ਘੱਟ ਗਣਤੀ ਵਿੱਚ ਰਹਿ ਜਾਣੇ ਇੱਥੇ ਕੋਈ ਆਰਐਸਐਸ ਨਹੀਂ ਹੋਣੀ ਭਾਰ ਦੇ ਵਿੱਚ ਕਿਉਂਕਿ 85% ਲੋਕਾਂ ਨੇ ਆਰਐਸਐਸ ਰਹਿ ਨਹੀਂ ਦੇਣੀ ਇਹਨਾਂ ਮੰਨੂਵਾਦਾਂ ਦੇ ਜਿਹੜੇ ਗ੍ਰੰਥਾ ਸਾਨੂੰ ਗੁਲਾਮ ਕਰਨ ਲਈ ਲਿਖੇ ਗਏ ਉਹ ਇਹਨਾਂ ਦੀਆਂ ਪਾਲਿਸੀ ਚੱਲਣੀ ਨਹੀਂ ਦੇਣੀਆਂ ਤੇ 85% ਲੋਕਾਂ ਨੇ ਇੰਜੋਏ ਕਰਨਾ ਔਰ ਦੂਜੀ ਗੱਲ ਇਹਨਾਂ ਦੇ ਬੱਚੇ ਜਿਹੜੇ ਪੜ੍ਹ ਲਿਖ ਜਾਣੇ ਆ ਉਹਨਾਂ ਨੇ ਜਾਤ ਨਹੀਂ ਦੇਖਣੀ ਉਹਨਾਂ ਨੇ ਐਂਟਰ ਕਾਸਟ ਮੈਰਿਜ ਕਰਾਣੇ ਆ ਜਦੋਂ ਐਂਟਰ ਕਾਸਟ ਮੈਰਿਜ ਹੋਣ ਲੱਪੈ ਤੇ ਅੱਗੇ ਜਿਹੜੀ ਔਲਾਦ ਪੈਦਾ ਹੋਣੀ ਆ ਉਹਨਾਂ ਦੀ ਜਾਤ ਨਹੀਂ ਹੋਣੀ ਤੇ ਉਹਨਾਂ ਤੇ ਸਵਿਧਾਨ ਨਹੀਂ ਲਾਗੂ ਹੋਣਾ ਆਟੋਮੈਟਿਕਲੀ ਜਿਹੜੀ ਰਿਜ਼ਰਵੇਸ਼ਨ ਵੀ ਖਤਮ ਹੋ ਜਾਣੀਆਂ ਪਰ 100 ਸਾਲ ਅਗਰ ਜਾਤ ਦੇ ਆਧਾਰ ਤੇ ਰਿਜ਼ਰਵੇਸ਼ਨ ਮਿਲ ਜਾਂਦੀ ਆ ਤਾਂ ਤੁਸੀਂ 85% ਲੋਕ ਆਜ਼ਾਦ ਭਾਰਤ ਦੇ ਕਬਜ਼ਾ ਕਰ ਸਕਦੇ ਆ ਤੇ ਫੇਰ ਜਿਹੜਾ ਭਾਰਤ ਦਾ ਗ੍ਰੰਥਾ ਉਹ ਵੀ ਗੁਰੂ ਗ੍ਰੰਥ ਸਾਹਿਬ ਹੋਊਗਾ ਤੇ ਭਾਰਤ ਤੇ ਕੋਈ ਆਰਐਸਐਸ ਨਹੀਂ ਹੋਊਗੀ ਕੋਈ ਵੀ ਤੁਹਾਡੇ ਅਗੇਂਸਟ ਪਾਲਿਸੀ ਨਹੀਂ ਕਢੂਗਾ ਕਿਉਂਕਿ ਬ੍ਰਾਹਮਣ ਖੱਤਰੀ ਵੈਸ਼ ਆ ਇਸ ਵੇਲੇ ਆਰਐਸਐਸ ਬਣਾ ਕੇ ਏਜੰਸੀਆਂ ਨਾਲ ਮਿਲ ਕੇ ਤੁਹਾਡੇ ਅਗੇਂਸਟ ਪਾਲਿਸੀਆਂ ਕੱਢਦੇ ਆ ਮੁਸਲਮਾਨਾਂ ਨੂੰ ਉਹ ਕੱਢਦੇ ਆ ਸਿੱਖਾਂ ਨੂੰ ਉਹ ਕੱਢਦੇ ਆ ਦਲਤਾਂ ਨੂੰ ਉਹ ਕੱਢਦੇ ਆ ਸਾਈਆਂ ਨੂੰ ਉਹ ਕੱਢਦੇ ਆ 15% ਲੋਕਾਂ ਤੁਹਾਡਾ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਤੁਸੀਂ ਧਰਮ ਦੇ ਏਰੀਏ ਚੋਂ ਹੀ ਨਿਕਲਦੇ ਧਰਮ ਦੇ ਜਿਹੜੇ ਰਾਉਂਡ ਆ ਨਾ ਗੋਡਚਾਰਾ ਉਹ ਤੋਂ ਬਾਹਰ ਨਿਕਲ ਕੇ ਜੱਫੀਆਂ ਨਹੀਂ ਪਾਉਂਦੇ ਜਾਤ ਤੋਂ ਬਾਹਰ ਨਿਕਲ ਕੇ ਜੱਫੀਆਂ ਨਹੀਂ ਪਾਉਂਦੇ ਕਿਉਂਕਿ ਤੁਹਾਨੂੰ ਗੁਲਾਮ ਕੀਤਾ ਹੈ ਇਸ ਕਰਕੇ ਮਿੱਤਰੋ ਜਿਹੜਾ ਇਹ ਸਵਧਾਨ ਆ ਇਹ 85-500 ਲੋਕਾਂ ਨੂੰ ਹੱਕ ਲੈ ਕੇ ਦੇਣਾ ਚਾਹੁੰਦਾ ਸੀ ਬਾਬਾ ਸਾਹਿਬ ਬੇੜਗਰ ਪਰ ਅਸੀਂ ਸਾਈਮਨ ਕਮਿਸ਼ਨ ਦੀ ਬਰੋਥਾ ਕਰ ਦਿੱਤੀ ਇਹਨਾਂ ਲੋਕਾਂ ਮਗਰ ਲਾ ਕੇ ਲੈ ਕੇ ਦਿੱਤਾ ਕਿ ਸਾਨੂੰ ਹੱਕ ਨਹੀਂ ਚਾਹੀਦਾ ਪਰ ਬਾਬਾ ਸਾਹਿਬ ਬੇੜਗਰ ਨੇ ਕੀ ਕੀਤਾ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦੀਆਂ ਜ਼ਮੀਨਾਂ ਘਟ ਜਾਣੀਆਂ ਇਹਨਾਂ ਲੋਕਾਂ ਨੇ ਫੇਰ ਕਣਾ ਵੀ ਹੁਣ ਕਿਧਰ ਨੂੰ ਜਾਈਏ ਜਦਾ ਅੱਜ ਜ਼ਮੀਨਾਂ ਸਾਡੀਆਂ ਕੱਟ ਗਈਆਂ ਖੁਦਕੁਸ਼ੀ ਕਰਨ ਲੱਪੇ ਤੇ ਬਾਬਾ ਸਾਹਿਬ ਮੇਲ ਕਰਨੇ ਬਹਾਮਣਾ ਨੇ ਇੱਕ ਚਲਾਕੀ ਕੀਤੀ ਆਰਟੀਕਲ 340 ਲਿਖ ਦਿੱਤਾ ਉਹਦੇ ਵਿੱਚ ਲਿਖਿਆ ਵੀ ਭਾਰਤ ਦੇ ਵਿੱਚ ਹਜੇ ਹੋਰ ਜਾਤਾਂ ਤੇ ਜਮਾਤਾਂ ਹੈਗੀਆਂ ਜਿਨ੍ਹਾਂ ਨੂੰ ਸਾਈਮਨ ਕਮਿਸ਼ਨ ਦਾ ਪਤਾ ਹੀ ਨਹੀਂ ਲੱਗਾ ਵੀ ਆਇਆ ਸੀ ਕਿ ਨਹੀਂ ਆਇਆ ਸੀ ਉਹਨਾਂ ਦੇ ਦਿਮਾਗ ਵਿੱਚ ਇਹ ਸੀ ਵੀ ਜਿਹੜਾਂ ਲੋਕਾਂ ਨੇ ਵਿਰੋਧਤਾ ਕਰ ਦਿੱਤੀ ਆ ਸਾਈਮਨ ਕਮਿਸ਼ਨ ਦੀ ਵੀ ਆਉਣ ਵਾਲੇ ਸਮੇਂ ਤੇ ਆਰਟੀਕਲ 340 ਦੇ ਅਧੀਨ ਜਦੋਂ ਕਮਿਸ਼ਨ ਬੈਠੂਗਾ ਤਾਂ ਉਹ ਵੀ ਜਦੋਂ ਇਹਨਾਂ ਲੋਕਾਂ ਨੂੰ ਲੱਭੂਗਾ ਤੇ ਇਹ ਲਿਖਾ ਦੋਗੇ ਭਾਈ ਸਾਨੂੰ ਤਾਂ ਪਤਾ ਨਹੀਂ ਲੱਗਾ ਸਾਈਮਨ ਕਮਿਸ਼ਨ ਦਾ ਆਰ ਸਾਡੀ ਜਾਤ ਲਿਖੋ ਤੇ ਉਹਨਾਂ ਨੇ ਆਰਟੀਕਲ 340 ਲਿਖ ਦਿੱਤਾ ਤੇ ਜਦੋਂ ਭਾਰਤ ਆਜ਼ਾਦ ਹੋਇਆ ਤੇ ਉਹਨਾਂ ਨੇ 1953 ਦੇ ਵਿੱਚ ਕਾਕਾ ਕਾਲਕੇਅਰ ਕਮਿਸ਼ਨ ਬਹਾਲ ਦਿੱਤਾ 340 ਆਰਟੀਕਲ ਤੇ ਤੇ ਪੇਸ਼ ਕਰ ਦਿੱਤਾ ਵੀ ਭਾਈ ਇਹ ਆ ਜਿਹੜਾ OBC ਜਿਹੜੇ ਲੋਕ ਆ ਜਿਹੜਾ ਅਸਾਈਨਮੈਂਟ ਕਮਿਸ਼ਨ ਵਿੱਚ ਜਾਤਾ ਨਹੀਂ ਗਣੀਆਂ ਗਈਆਂ ਉਹ ਲਭੋ ਤੇ ਉਹਨਾਂ ਨੂੰ ਵੀ ਜਿਹੜਾ ਬਰਾਬਰਤਾ ਦਾ ਹੱਕ ਦੋ ਤੇ ਨੈਰ ਹੁਣੇ ਦੇਖਣ ਲੱਪੇ ਵੀ ਤਾਂ ਪੰਗਾ ਪੈ ਗਿਆ ਤੇ ਜਦੋਂ ਬਾਬਾ ਸਾਹਿਬ Ambedkar ਨੇ ਇਹ ਪੰਗਾ ਪਾ ਦਿੱਤਾ ਉਹਨਾਂ ਦੇ ਸਾਹਮਣੇ 85% ਲੋਕਾਂ ਦਾ 85% ਹਿੱਸਾ ਤੁਸੀਂ ਵਿਸ਼ਵਾਸ ਕਰੋ ਇੱਕ ਮਹੀਨੇ ਬਾਅਦ ਬਾਬਾ ਸਾਹਿਬ Ambedkar ਦੀ ਮੌਤ ਹੋ ਜਾਂਦੀ ਹੈ ਤੇ ਇਹ ਉਸ ਵੇਲੇ ਇੰਟੈਲੀਜੈਂਟ ਜਿਹੜੇ ਲੋਕ ਸੀ ਦਲਤਾਂ ਵਿੱਚੋਂ ਉਹਨਾਂ ਨੇ ਪਤਾ ਲੱਸੀ ਵੀ ਇਹ ਕਤਲ ਕੀਤਾ ਗਿਆ ਫਿਰ ਕਾਕਾ ਕਾਲਕਰ ਕਮਿਸ਼ਨ ਦਾ ਰੌਲਾ ਪੈਂਦਾ ਰਿਹਾ ਪੈਂਦਾ ਰਿਹਾ ਮਰਾਰ지 ਦੇਸਾਈ ਦਾ ਟਾਈਮ ਆ ਗਿਆ ਕਾਕਾ ਕਾਲਕਰ ਕਮਿਸ਼ਨ ਨੇ 2200 18 ਜਾਤਾਂ ਉਹਨਾਂ ਨੇ ਲੱਭੀਆਂ ਸੀਆਂ 2218 ਜਾਤਾਂ OBC ਸੀ ਦੀਆਂ ਤੇ ਪਰ ਜਿਹੜਾ ਨਹਿਰੂ ਸੀ ਨਹਿਰੂ ਨੇ ਕਿਹਾ ਜਿਹੜਾ ਕਮਿਸ਼ਨ ਦਾ ਕਾਕਾ ਕਾਲਕਰ ਮੂਰੀ ਸੀ ਤਾਂ ਉਹਨੂੰ ਦਬਕ ਛੱਡ ਕੇ ਤੇ ਕਾਕਾ ਕਾਲਕਰ ਕਮਿਸ਼ਨ ਬੰਦ ਕਰਾਤਾ ਤੇ ਜਦੋਂ ਮਰਾਰ지 ਦੇਸਾਈ ਆਇਆ ਇੰਦਰਾ ਗਾਂਧੀ ਤੋਂ ਬਾਅਦ ਤਾਂ ਇਹ ਤੇ ਪ੍ਰੈਸ਼ਰ ਪਾ ਤਾ ਕੰਚੀ ਰਾਮੁਨੀ ਸਾਰਿਆਂ ਨੇ ਵੀ ਤੁਸੀਂ ਭਾਈ ਇਹ ਜਿਹੜਾ ਆ ਕਾਕਾ ਕਾਲਕਰ ਕਮਿਸ਼ਨ ਲਾਗੂ ਕਰੋ ਪਰ ਇਹਨੇ ਜਿੱਦਾਂ ਬ੍ਰਾਹਮਣਾਂ ਦਾ ਚਾਲ ਹੁੰਦੀ ਆ ਵੀ ਠੰਡੇ ਵਾਸਤੇ ਚਪਾਦਾ ਹਰੇਕ ਚੀਜ਼ ਇਹਨੇ ਕਾਕਾ ਕਾਲਕਰ ਕਮਿਸ਼ਨ ਬੰਦ ਕਰਕੇ ਇਹਨਾਂ ਮੰਡਲ ਕਮਿਸ਼ਨ ਬਹਾਲ ਦਿੱਤਾ ਵੀ ਮੰਡਲ ਕਮਿਸ਼ਨ ਜਿਹੜਾ ਆ ਉਹ ਉਹ ਦੁਬਾਰਾ ਰਿਸਰਚ ਕਰੂਗਾ ਤੇ ਮੰਡਲ ਕਮਿਸ਼ਨ ਨੇ OBC ਅਦਰ ਬੈਕਵਰਡ ਕਲਾਸ ਜਿਹੜਾ ਵਿੱਚ ਜਾਟ ਸੈਣੀ ਤਰਖਾਨ ਜਿਹੜੇ ਉੱਚੀਆਂ ਜਾਤਾਂ ਦੇ ਗੁਲਾਮ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਜਿਹੜੇ ਦਲਤੋ ਆ ਬ੍ਰਾਹਮਣ ਇਹਨਾਂ ਨੂੰ ਕਹਿੰਦਾ ਇਹ ਨੀਵੀਂ ਜਾਤ ਦੇ ਆ ਤੇ ਜਿਹੜੇ 52% OBC ਆ ਇਹ ਉੱਚੀ ਜਾਤ ਦੇ ਆ ਬ੍ਰਾਹਮਣ ਕਹਿੰਦਾ ਇਹ ਗੱਲ ਸ਼ੂਦਰਾਂ ਨੂੰ ਬੰਡਿਆ ਹੈਗੇ ਸ਼ੂਧਰੇ ਹੀ ਇਹ ਦੋਨੋਂ ਇੱਕ ਟੱਚੇ ਵਾਲ ਸ਼ੂਧਰਾ ਇੱਕ ਅੰਟ ਟੱਚੇ ਵਾਲ ਸ਼ੂਧਰਾ ਤੇ ਜਿਹੜੇ ਵੀ ਮੰਡਲ ਕਮਿਸ਼ਨ ਸੀ ਉਹਨੇ 3743 ਜਾਤਾਂ ਲੱਭ ਲਈਆਂ ਬੇ ਭਾਈ 3743 ਜਾਤਾਂ ਜਿਹੜੀਆਂ ਅਦਰ ਬੈਕਵਰਡ ਕਲਾਸਸ ਹੈਗੀਆਂ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲ ਰਹੀ ਉਹਨਾਂ ਵਿੱਚ ਜੱਟ ਵਗੈਰਾ ਜਾਟ ਪਟੇਲ ਸਾਰੇ ਸ਼ਾਮਲ ਹੋ ਆ ਕਹਿੰਦੇ ਸਭ ਸ਼ੂਧਰ ਹੋ ਆਏ ਇਹ ਬਿਲੇਖਾ ਤੁਸੀਂ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ ਕਹਿੰਨੇ ਆ ਇਹ ਬ੍ਰਾਹਮਣ ਨੇ ਸ਼ੂਦਰਾਂ ਚ ਡਿਵੀਜ਼ਨ ਪਾਈ ਉਹ ਡਿਵੀਜ਼ਨ ਕਿੱਦਾਂ ਪਾਈ ਉਹ ਜਿਹੜੇ ਲੋਕ ਜੰਗਾ ਹਾਰ ਕੇ ਪਿੰਡਾਂ ਚ ਰਹਿਣਾ ਕਬੂਲ ਕਰ ਲਿਆ ਬ੍ਰਾਹਮਣ ਉਹਨਾਂ ਨੂੰ ਪੰਪ ਦੇ ਕੇ ਉੱਚੀਆਂ ਜਾਤਾਂ ਦੇ ਕਹਤਾ ਜਿਹੜੇ ਲਗਾਤਾਰ ਛੇਤਰ ਮਾਰਦੇ ਰੇ ਬ੍ਰਾਹਮਣ ਦੇ ਉਹਨਾਂ ਨੂੰ ਨੀਵੀਂ ਜਾਤਾਂ ਦੇ ਕਹਤਾ 1:33% 1:52% ਆ ਇਹਨਾਂ ਦਾ ਅਨੁਪਾਤ ਜਦੋਂ ਮੰਡਲ ਕਮਿਸ਼ਨ ਨੇ 3743 ਜਾਤਾਂ ਲੱਭ ਲਈਆਂ ਤੇ ਫਿਰ ਪ੍ਰੈਸ਼ਰ ਪੈਣ ਲੱਗਾ ਬੇਨੂੰ ਲਾਗੂ ਕਰੋ ਇੰਦਰਾ ਗਾਂਧੀ ਅਗੇ ਫੇਰ ਦੁਬਾਰਾ ਉਤੇ ਪ੍ਰੈਸ਼ਰ ਪੈਣ ਲਗਾ ਬੇ ਲਾਗੂ ਕਰੋ ਲਾਗੂ ਕਰੋ ਇੰਦਰਾ ਗਾਂਧੀ ਨੇ ਕੀ ਕੀਤਾ ਉਸ ਵੇਲੇ ਪੰਜਾਬ ਵਿੱਚ ਧਰਮ ਯੁੱਧ ਮੋਰਚਾ ਚੱਲਦਾ ਸੀ ਉਹਨੇ ਲੋਕਾਂ ਦਾ ਮੰਡਲ ਕਮਿਸ਼ਨ ਨੂੰ ਦਬਾਉਣ ਦੇ ਲਈ ਉਹਨਾਂ ਨੇ ਇਹ ਬਲੂ ਸਰਕਾਰ ਦਿੱਤਾ ਨਾਲੇ ਸਾਨੂੰ ਮਾਰ ਦੇ ਤਾਰ ਨਾਲੇ ਮੰਡਲ ਕਮਿਸ਼ਨ ਨਹੀਂ ਲਾਗੂ ਹੁਣ ਦਿੱਤਾ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਬਿਮਾਰੀ ਗਈ ਤੇ ਫਿਰ ਆ ਗਿਆ ਬੀਪੀ ਸਿੰਘ ਤੇ ਬੀਪੀ ਸਿੰਘ ਤੇ ਨਕਾਂਚੀराम ਮੋਣੀ ਸਾਰਨ ਚੰਦਰ ਸ਼ੇਖਰ ਪਾਸबान ਇਹਨਾਂ ਨੇ ਦਬਾਅ ਬਣਾਤਾ ਵੀ ਭਾਈ ਲਾਗੂ ਕਰ ਉਹਨੇ ਜਿੱਦਾਂ ਪਹਿਲਾ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਟ్రਾਈਬ ਨੂੰ 22.5% ਰਿਜ਼ਰਵੇਸ਼ਨ ਮਿਲਦੀ ਸੀ ਤੇ 10% ਮਿਲਦੀ ਸੀ ਰਿਜ਼ਰਵੇਸ਼ਨ ਜਿੱਦਾਂ ਜਿਹੜੇ ਸਿੱਖਾਂ ਵਿੱਚ ਸ਼ੈਡਿਊਲ ਕਾ ਸ਼ੈਡਿਊਲ ਟ్రਾਈਬ ਚੱਲ ਗਿਆ ਜਾਂ ਕੋਈ ਸਾਈਆਂ ਚੱਲ ਗਿਆ ਜਾਂ ਕੋਈ ਮੁਸਲਮਾਨ ਚੱਲ ਗਿਆ ਜਿਹੜੇ ਸ਼ੈਡਿਊਲ ਟ్రਾਈਬ ਉਹਨਾਂ ਨੂੰ ਮਿਲਦੀ ਸੀ ਹਨ ਤੇ 30% ਲੋਕਾਂ ਦਾ 32% ਬੋਹਾ ਤੇ ਜਿਹੜਾ ਬੀਪੀ ਸਿੰਘ ਸੀ ਉਹਨੇ OBC ਕਲਾਸ ਵਿੱਚੋਂ 17% ਹੋੜ ਦੇਤੀ ਵੀ ਕਿਉਂਕਿ ਕੋਰਟ ਨੇ ਕਹਿਤਾ ਵੀ ਐਨਏਏ 49.5% ਤੋਂ ਵੱਧ ਲਾਗੂ ਨਹੀਂ ਕੀਤੀ ਜਾ ਸਕਦੀ ਜੇ 85% ਭਾਰ ਦੇ ਲੋਕ ਇਹਨਾਂ ਨੇ ਗੁਲਾਮ ਕੀਤੇ ਸੀ ਬ੍ਰਾਹਮਣ ਖੱਤਰੀ ਵੈਸ਼ਾ ਨੇ 5000 ਸਾਲ ਤੋਂ ਤੇ 15% ਜਿਹੜੇ ਲੋਕ ਆ ਇਹਨਾਂ ਤੇ ਲਿਮਟ ਲਾਣੀ ਸੀ ਕਿ 15% ਲੋਕਾਂ ਤੋਂ ਇਹ ਵੱਧ jobbਾਂ ਨਾ ਲੈ ਕੇ ਜਾਣ ਤਾਕੇ 85% ਲੋਕ ਭਾਰ ਦੇ ਵਿੱਚ ਆਯਾਦ ਭਾਰ ਦੇ ਵਿੱਚ jobbਾਂ ਕਰਨ ਤੇ ਨਾਲੇ ਖੁਸ਼ਹਾਲ ਹੋਣ ਤੇ ਇਹ ਸੀ ਇਹ ਰਿਜ਼ਰਵੇਸ਼ਨ ਦਾ ਮਤਲਬ ਤੇ ਕੋਰਟ ਕਹਿੰਦੀ 49 49.5 ਤੋਂ ਵੱਧ ਨਹੀਂ ਸਕਦੀ ਤੇ ਉਹਨਾਂ ਨੇ 17% ਰਿਜ਼ਰਵੇਸ਼ਨ ਦਿੱਤੀ ਜਿੱਦਾਂ ਰਾਜਸਥਾਨ ਦੇ ਗੁਜਰ ਲੈ ਗਏ ਤੇ ਇਹ ਵੀ ਯਾਨੀ ਕਿ ਗਲਤ ਫੈਸਲਾ ਸੀ ਪਰ ਬੀਪੀ ਸਿੰਘ ਨੇ ਇੰਨਾ ਕੁ ਕਰ ਦਿੱਤਾ 17 ਆਪਣੀ ਸਰਕਾਰ ਬਚਾਉਣ ਲਈ ਕਿ 17% ਮਿਲ ਜਵੇ ਦਿੱਤੀ ਤੇ ਉਸ ਤੋਂ ਬਾਅਦ ਮੰਡਲ ਕਮਿਸ਼ਨ ਉੱਥੇ ਬੈਠਾ ਤੇ ਮੰਡਲ ਕਮਿਸ਼ਨ ਨੂੰ ਲਾਗੂ ਕਰਾਉਣ ਦੇ ਲਈ ਜਿਹੜੀਆਂ ਮੂਲ ਵਾਸੀ ਜਥੇਬੰਦੀਆਂ ਅੰਬੇਦਕਰੀ ਜਥੇਬੰਦੀਆਂ ਵਿਭਜਦਾ ਬੀਐਸਪੀਆ ਜਾਂ ਬਾਮ ਸੇਫ ਆ ਜਾਂ ਬਾਮਣ ਮੈਸ਼ੀ ਦੀ ਬੀਐਮਪੀਆ ਜਾਂ ਜਿੰਨੀਆਂ ਵੀ ਮੂਲਵਾਸੀ ਜਥੇਬੰਦੀਆਂ ਉਹ ਕਹਿੰਦੀਆਂ ਆ ਬਈ ਮੰਡਲ ਕਮਿਸ਼ਨ ਜਿਹੜਾ ਲਾਗੂ ਕਰੋ ਹੁਣ ਜਿਹੜੀ ਲੜਾਈ ਆ ਉਹ ਹੈਗੀ ਆ ਓਬੀਸੀ ਦੀ ਓਬੀਸੀ ਕੌਣਾ ਜੱਟ ਸੈਣੀ ਤਰਖਾਨ ਝੀਰ ਨਾਈ ਤੇ ਪਟੇਲ ਸ਼ਾ ਲੜਾਈ ਇਹ ਲੋਕ 52% ਉੱਚੀਆਂ ਜਾਤਾਂ ਦੇ ਇਹਦੀ ਲੜਾਈ ਲੜ ਕੌਣ ਰਿਹਾ ਅੰਬੇਦਕਰੀ ਲੋਕ ਉਹ ਕਿਉਂ ਲੜ ਰਿਹਾ ਹੈ ਕਿਉਂਕਿ ਇਹ ਜਿਹੜਾ 52% ਲਾਣਾ ਆ ਜਿਹੜਾ ਗਾਂਧੀ ਦੀਆਂ ਲਾਲਾਂ ਚਟੀਆਂ ਨਹੀਂ ਉਹ 1936 ਦੇ ਵਿੱਚ ਸਾਇਮਨ ਕਮਿਸ਼ਨ ਗੋ ਬੈਕ ਕਹਿ ਕੇ ਤੇ ਬਾਅਦ ਵਿੱਚ ਅੱਜ ਤੱਕ ਵੀ ਇਹ ਕਦੇ ਕਾਂਗਰਸ ਦਾ ਅਤੇ ਬੀਜੇਪੀ ਦਾ ਕਦੇ ਅਕਾਲੀ ਦਲ ਦਾ ਜਿਹੜੀਆਂ ਮਨੁਵਾਦੀ ਪਾਰਟੀਆਂ ਉਹਨਾਂ ਦੀਆਂ ਲਾਲਾਂ ਚਟਦਾ ਇਹ ਲਾਣਾ ਇਹਨੂੰ ਇਹ ਨਹੀਂ ਸਮਝ ਲੱਗਦੀ ਵੀ ਮੇਰੀ ਲੜਾਈ ਤਾਂ ਦਲਤ ਲੜ ਰਹਾ ਹੈ ਦਲਤ ਨੂੰ ਇਸ ਕਰਕੇ ਲੜਨੀ ਪੈ ਰਹੀ ਆ ਇਹ 52% 15% ਬ੍ਰਾਹਮਣਾਂ ਨਾਲ ਰਲ ਕੇ ਇਹ ਕਹਿੰਦੇ ਉਹ ਇਹਨਾਂ ਦੀ ਵੀ ਖਤਮ ਕਰੋ ਦਲਤਾਂ ਦੀ ਵੀ ਖਤਮ ਕਰੋ ਹੁਣ ਜਿਹੜੀ ਦਲਤਾਂ ਦੀ ਰਿਜ਼ਰਵੇਸ਼ਨ ਆ ਉਹ ਉਹਨਾਂ ਦੀ ਗਣਤੀ ਦੇ ਮੁਤਾਬਕ ਆ ਇਦਾਂ 52% ਦੀ ਗਣਤੀ ਦੇ ਮੁਤਾਬਕ ਹੋਣੀ ਸੀ ਇਹ ਤੁਹਾਡਾ ਹਿੱਸਾ ਆ ਰਿਜ਼ਰਵੇਸ਼ਨ ਦਾ ਮਤਲਬ ਤੁਹਾਡੀ ਹਿੱਸੇਦਾਰੀ ਹੁਣ ਜਿਹੜੀ ਤੁਹਾਡੀ ਹਿੱਸੇਦਾਰੀ ਆ 52% ਲੋਕ ਆ ਉਹ ਕਦੇ ਗਾਂਧੀ ਦੀਆਂ ਲਾਣਾ ਚੜਦੇ ਕਦੇ ਗਾਂਧੀ ਦੇ ਫਾਲੋਅਰ ਦੀਆਂ ਲਾਣਾ ਚੜਦੇ ਆ ਕਦੇ ਕਾਂਗਰਸ ਦੀਆਂ ਚੜਦੇ ਆ ਕਦੇ ਬੀਜੇਪੀ ਦੀਆਂ ਚੜਦੇ ਆ ਉਹ ਆਪਣੀ ਹਿੱਸੇਦਾਰੀ ਨੂੰ ਨਹੀਂ ਪਛਾਣਦੇ ਉਹ ਮੰਡਲ ਕਮਿਸ਼ਨ ਨੂੰ ਨਹੀਂ ਪਛਾਣਦੇ ਤੇ ਜਦੋਂ ਮੰਡਲ ਕਮਿਸ਼ਨ ਲਾਗੂ ਕਰਨ ਦੀ ਗੱਲ ਕੀਤੀ ਗਈ ਇਹੀ ਕੇਜਰੀਵਾਲ ਜਿਹੜਾ ਮੰਡਲ ਕਮਿਸ਼ਨ ਦੇ ਵਿਰੋਧ ਵਿੱਚ ਖੜਾ ਤੇ ਅੱਜ ਕੇਜਰੀਵਾਲ ਨੂੰ ਕੁਐਸਚਨ ਪੁੱਛ ਲਓ ਕੀ ਮੰਡਲ ਕਮਿਸ਼ਨ ਦੇ ਤੂੰ ਹੱਕ ਚ ਹੈਗਾ ਹੁਣ ਕਹਣਾ ਨਹੀਂ ਤੇ ਮੇਰੇ ਵੀਰੋ ਫਿਰ ਵੋਟਾਂ ਉਹਨੂੰ ਕਿਸ ਕੰਮ ਦੇ ਲਈ ਤੇ ਬੀਐਸਪੀ ਨੂੰ ਪੁੱਛ ਲਓ ਬੀਐਮਪੀ ਨੂੰ ਪੁੱਛ ਲਓ ਬਾਮ ਸੀਰ ਬੰਬੇਡਕਰ ਜਥੇਬੰਦੀਆਂ ਨੂੰ ਪੁੱਛ ਲਓ ਵੀ ਕੀ ਤੁਸੀਂ ਮੰਡਲ ਕਮਿਸ਼ਨ ਦੇ ਹੱਕ ਚ ਹੋ ਉਹ ਕਹੋਗੇ ਵੀ ਮੰਡਲ ਕਮਿਸ਼ਨ ਤਾਂ ਖੜਾ ਹੀ ਅਸੀਂ ਕੀਤਾ ਹੈ ਜਿਹੜੀ ਲੜਾਈ ਮੋਸੇ ਪਟੇਲਾਾਂ ਦੀ ਸ਼ਾਹਾਂ ਦੀ ਜੱਟਾਂ ਦੀ ਸੈਣੀਆਂ ਦੀ ਤਰਖਾਣਾ ਦੀ ਤੇ ਇਹ 3743 ਜਾਤਾਂ ਜਿਹੜੀਆਂ ਉੱਚੀਆਂ ਜਾਤਾਂ ਦੇ ਆਪਣੇ ਲੋਕ ਕਹਿੰਦੇ ਨੇ ਇਹਨਾਂ ਦੀ ਲੜਾਈ ਅੰਬੇਡਕਰ ਹੀ ਲੋਕ ਲੜਦੇ ਆ ਤੇ ਅੰਬੇਡਕਰ ਹੀ ਲੋਕ ਜੇ ਨਹੀਂ ਲੜਦੇ ਤਾਂ ਬ੍ਰਾਹਮਣੇ ਨਾਲ 52% ਨੂੰ ਆਪਣੇ ਨਾਲ ਲੈ ਕੇ ਤੇ ਉਹਨਾਂ ਦੀ ਵੀ ਖਤਮ ਕਰ ਦਿੰਦੇ ਆ ਉਹਨਾਂ ਦੀ ਹਿੱਸੇਦਾਰੀ ਵੀ ਖਤਮ ਕਰ ਦਿੰਦੇ ਸੰਵਿਧਾਨ 'ਚ ਇਹ 52% ਆਪਣੀ ਤਾਂ ਹਿੱਸੇਦਾਰੀ ਨਹੀਂ ਲੈ ਰਿਆ ਕਹਿੰਦਾ ਮੈਂ ਤਾਂ ਉੱਚੀਆਂ ਜਾਤਾਂ ਦਾ ਇਹ ਕਹਿੰਦਾ ਲੋਨ ਮੇਰਾ ਮaaf ਕਰਦਾ ਉਦਾਂ ਕਰਜੇ ਮੈਂ ਲਾਇਓ ਆ ਇਹ ਮaaf ਕਰਦਾ ਇਹਦੇ ਵਿੱਚ ਨਹੀਂ ਸ਼ਰਮ ਆਉਂਦੀ ਮੈਨੂੰ ਮੇ ਕਰਜਾ ਮਾਫ ਕਰ ਦੋ ਪਰ ਮੈਂ ਹਿੱਸੇਦਾਰ ਹੀ ਨਹੀਂ ਲੈਣੀ ਇਹ ਆ ਗੁਲਾਮੀ ਸਰ ਖਾਸਾ ਜੀ ਇਹ ਗੁਲਾਮੀ ਨੂੰ ਤੋੜੋ ਮੰਡਲ ਕਮਿਸ਼ਨ ਦੀ ਗੱਲ ਕਰੋ ਗਾਂਧੀ ਦੇ ਫਾਲੋਅਰ ਨੂੰ ਜੇ ਵੋਟਾਂ ਵੀ ਪਾਉਣੀਆਂ ਉਹਨੂੰ ਪੁੱਛਦਾ ਲਵੋ ਮੰਡਲ ਕਮਿਸ਼ਨ ਹੈ ਕੀ ਆ ਜੇ ਮੰਡਲ ਕਮਿਸ਼ਨ ਦਾ ਪਤਾ ਕਰ ਲਓਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਤੁਹਾਡਾ ਮਿੱਤਰ ਕੌਣ ਆ ਤੇ ਦੋਸਤ ਕੌਣ ਆ ਇਸ ਕਰਕੇ ਮੇਰੇ ਵਿਰੋਧ ਜਿਹੜਾ ਮੰਡਲ ਕਮਿਸ਼ਨ ਉਹ ਲਾਗੂ ਹੋਣਾ ਬਹੁਤ ਜ਼ਰੂਰੀ ਆ ਕਾਲਕਰ ਕਮਿਸ਼ਨ ਜਿਹੜਾ ਆ ਨਹਿਰੂ ਨੇ ਉਹ ਖਤਮ ਕਰਾ ਦਿੱਤਾ ਸੀ ਉਹਦੇ ਵਿੱਚ 2218 ਜਾਤਾਂ ਸੀ ਤੇ ਜਿਹੜਾ ਮੰਡਲ ਕਮਿਸ਼ਨ ਆ ਇਹ ਮਰਾਰ ਜੀ ਦੇਸਾਈ ਨੇ ਬਿਠਾਇਆ ਸੀ ਉਹ ਵੀ ਤਾਂ ਬਿਠਾਇਆ ਸੀ ਕਿਉਂਕਿ ਦੂਜੇ ਪਾਸੇ ਹੈਵੀ ਹੋ ਗਿਆ ਸੀ ਤੇ ਮੈਂ ਬੀਪੀ ਸਿੰਘ ਨੇ 17% ਜਿਹੜੇ ਆ OBC ਨੂੰ ਰਿజర్ਵیشن ਦਿੱਤੀ ਸੀ ਤੇ 3743 ਜਾਤਾਂ ਹੋਰ ਲੱਭੀਆਂ ਗਈਆਂ ਸੀ ਮੰਡਲ ਕਮਿਸ਼ਨ ਵਿੱਚ ਟੋਟਲ ਜਾਤਾਂ 6743 ਆ ਤੇ 3743 ਜਾਤਾਂ OBC ਦੀਆਂ ਜਿਹੜੇ ਉੱਚੀਆਂ ਜਾਤਾਂ ਦੇ ਛੂਦਰ ਆ ਜਾਟ ਸੈਣੀ ਤਰਖਾਨ ਮੈਂ ਬਾਰ ਬਾਰ ਤਾਂ ਦੱਸਦਾ ਤੁਹਾਡੇ ਦਿਮਾਗ ਚ ਪੈ ਜਵੇ ਗੱਲ ਕਿਉਂਕਿ ਮੰਡਲ ਕਮਿਸ਼ਨ ਨੂੰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜਿਹਨੂੰ ਤੁਸੀਂ ਵੋਟਾਂ ਪਾ ਰਹੇ ਆ ਕੇਜਰੀਵਾਲ ਨੂੰ ਉਹੀ ਮੰਡਲ ਕਮਿਸ਼ਨ ਦਾ ਸਖਤ ਵਿਰੋਧੀ ਆ ਅੰਨਾ ਹਜ਼ਾਰੇ ਸਖਤ ਵਿਰੋਧੀ ਆ ਕਾਂਗਰਸ ਸਖਤ ਵਿਰੋਧੀ ਆ ਬੀਜੇਪੀ ਸਖਤ ਵਿਰੋਧੀ ਆ ਆਰਐਸਐਸ ਸਖਤ ਵਿਰੋਧੀ ਆ ਤੇ ਤੁਹਾਨੂੰ ਹੋਰ ਕੀ ਕੀ ਦੀयत ਦੱਸੋ ਕਿਹੜਾ ਕਰਾ ਸਬੂਤ ਦਈਏ ਤੁਹਾਨੂੰ ਬਾਰ ਬਾਰ ਅਸੀਂ ਰੌਲਾ ਪਾਉਂਦੇ ਆ ਉਹ ਆਪਣੇ ਹੱਕਾਂ ਦੀ ਪਛਾਣ ਕਰੋ ਉਹ ਜਿਹੜਾ ਮੰਡਲ ਕਮਿਸ਼ਨ ਆ ਜਿਹੜੀ ਜਾਤੀ ਆਧਾਰ ਤੇ ਤੁਹਾਡੀ ਗਿਣਤੀ ਸਾਰੀ ਕਰਾ ਕੇ ਉਹਦੇ ਮੁਤਾਬਕ ਤੁਹਾਡੀਆਂ ਜਿਹੜੀਆਂ ਜੌਬਾਂ ਹੋਣੀਆਂ ਤੁਹਾਨੂੰ ਖੁਦਕਸ਼ੀਆਂ ਕਰਨ ਤੋਂ ਹਟ ਜੂਗੇ ਤੁਸੀਂ ਤੇ 85% ਤੁਹਾਡਾ ਹਿੱਸਾ ਭਾਰਤ ਵਿੱਚ ਹੋਊਗਾ ਅੱਜ ਕੀ ਆ ਪ੍ਰਾਈਮ ਮਿਨਿਸਟਰ ਵੀ ਬਹਾਮਣ ਸਾਰੀਆਂ ਫੌਜਾਂ ਦੇ ਸਾਰੀਆਂ ਫੋਰਸਾਂ ਦੇ ਜਿੰਨੇ ਆਈਐਸ ਆਈਪੀਐਸ ਆਫਸਰ ਸਰ ਬਹਾਮਣ ਉਹ ਬਹਾਮਣ ਇੰਟੈਲੀਜੈਂਟ ਨਹੀਂ ਹੈਗਾ ਇੰਟੈਲੀਜੈਂਟ ਤੁਸੀਂ ਲੋਕ ਆ ਐਤਕੀ ਵੀ ਆਈਐਸ ਟਾਪਰ ਜਿਹੜੀ ਆ ਦਲਤਾ ਨੇ ਕੀਤੀ ਆ ਤੇ ਬਾਬਾ ਸਾਹਿਬ ਬੈਠ ਕੇ ਕੌਣ ਸੀ ਤੇ ਗਾਂਧੀ 10 ਤਿੰਨ ਵਾਰੀ ਦਸਵੀਂ ਚੋ ਫੇਲ ਹੋਇਆ ਗਾਂਧੀ ਤੇ ਉਹਨੇ ਸਾਊਥ ਅਫਰੀਕਾ ਜਾ ਕੇ ਬ੍ਰੈਸਟਰੀ ਕੀਤੀ ਇੰਗਲੈਂਡ ਵਿੱਚ ਉਹਨੂੰ ਦਾਖਲਾ ਨਹੀਂ ਮਿਲਿਆ ਤੇ ਤੁਸੀਂ ਲੋਕ ਇਹਨਾਂ ਨੂੰ ਇੰਟੈਲੀਜੈਂਟ ਸਮਝ ਜਾਂਦੇ ਆ ਇੰਟੈਲੀਜੈਂਟ ਤੁਸੀਂ ਆ ਬਾਬਾ ਸਾਹਿਬ ਬੇੜਗਰ ਦੁਨੀਆ ਦਾ ਪੜਿਆ ਲਿਖਿਆ ਉਹਨੂੰ ਤੁਸੀਂ ਖੁੰਝੇ ਲਾਏ ਦਾ ਗਾਂਧੀ ਦੇ ਫਾਲੋਅਰ ਨੂੰ ਤੁਸੀਂ ਚੱਕੀ ਫਿਰਦੇ ਆ ਤੇ ਫੇਰ ਕਹਿੰਦੇ ਆ ਅਸੀਂ ਖੁਦਕਸ਼ੀਆਂ ਕਾਹਦੇ ਕਰਦੇ ਆ ਸਾਡੇ ਮੁਕਾਬਲੇ ਕਾਤੇ ਹੁੰਦੇ ਆ ਹਰਮੰਦਰ ਸਾਹਿਬ ਤੇ ਕਿਉਂ ਟੱਕ ਹੋਇਆ ਬਾਬਰੀ ਮਸਜਿਦ ਕਿਉਂ ਢਾਈ ਗਈ ਉਹ ਤੁਹਾਨੂੰ ਕੱਲੇ ਕੱਲ ਕਰਕੇ ਮਾਰ ਰਿਹਾ ਸਮਝੋ ਯਾਰ ਤੇ ਤੁਹਾਨੂੰ ਕਾਂਚੀਰਾਮ ਅੱਗੇ ਵੀ ਦੱਸਿਆ ਤੈਨੂੰ ਕਾਂਚੀਰਾਮ ਨਹੀਂ ਚੰਗਾ ਲੱਗਿਆ ਕਾਂਚੀਰਾਮ ਕਹਿੰਦਾ ਸੀ 85% ਲੋਕਾਂ ਦਾ ਰਾਜ ਪੈਦਾ ਕਰਨਾ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਉਹ ਭਾਰਤ ਦਾ ਗ੍ਰੰਥ ਹੋਣਾ ਚਾਹੀਦਾ ਉਹਦੇ ਮੁਤਾਬਕ ਰਾਜ ਪੈਦਾ ਕਰਨਾ ਤੇ ਉਹਦਾ ਤੁਸੀਂ ਸਾਥ ਨਹੀਂ ਦਿੱਤਾ ਤੇ ਹੁਣ ਤੁਸੀਂ ਕੈਨੇਡਾ ਅਮਰੀਕਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਗਾਂਧੀ ਦੇ ਚੇਲੇ ਦੀਆਂ ਮਦਦ ਕਰਨ ਗਏ ਹੋ ਆ ਤੇ ਉਹਨੂੰ ਕਹਿੰਦੇ ਇਹ ਤਾਂ ਜੀ ਜਾਤੀ ਬਵਸਤਾ ਦੀ ਪਾਰਟੀ ਆ ਤੇ ਤੁਸੀਂ ਦੱਸੋ ਤੁਸੀਂ ਜਾਤੀ ਆਧਾਰ ਤੇ ਰਿਸ਼ਤੇ ਨਹੀਂ ਕਰਦੇ ਕੁੜੀਆਂ ਦੇ ਕੁੜੀਆਂ ਮੁੰਡਿਆਂ ਦੇ ਕਰਦੇ ਨਹੀਂ ਜੇ ਜਾਤੀ ਆਧਾਰ ਤੇ ਤੁਸੀਂ ਰਿਸ਼ਤੇ ਕਰਦੇ ਨੇ ਜੇ ਜਾਤੀ ਆਧਾਰ ਤੇ ਤੁਹਾਨੂੰ ਜੌਬਾਂ ਮਿਲਣ ਲੱਪਣ ਤੁਹਾਡੀ ਗਿਣਤੀ ਦੇ ਮੁਤਾਬਕ ਕੀ ਸੱਪ ਲੜਜੂ ਤੁਹਾਡੇ ਇਹ ਦੱਸੋ ਧਰਮ ਤੁਸੀਂ ਖਤਮ ਕਰ ਦਿੱਤਾ ਜਿਹੜਾ ਸਿੱਖ ਧਰਮ ਹੈ ਜਦੋਂ ਉਹ ਅਮਰਤ ਛਕ ਲੈਂਦਾ ਤਾਂ ਭਾਈ ਸਾਹਿਬ ਉਹ ਜਾਤ ਨੂੰ ਖਤਮ ਕਰਨਾ ਪੈਂਦਾ ਤੇ ਤੁਸੀਂ ਫੇਰ ਵੀ ਚੱਕੀ ਫਿਰਦੇ ਨੇ ਜਾਤ ਗਿਣਤੀ ਵੱਧ ਨਹੀਂ ਰਹੀ ਕਿਉਂਕਿ ਤੁਸੀਂ ਜਾਤੀਵਾਦੀ ਲੋਕ ਹੋ ਤੁਹਾਡੇ ਅੰਦਰ ਜਾਂ ਤਾਂ ਤੁਹਾਡੇ ਚੋਂ ਜਾਤ ਗਈ ਨਹੀਂ ਤੁਸੀਂ ਤਾਂ ਪ੍ਰਚਾਰ ਕਰਦੇ ਨੇ ਜਾਤ ਦਾ ਯਾਰ ਤੇ ਨਾ ਜੋਬਾਂ ਤੇ ਤੁਸੀਂ 85% ਬਣਨ ਦੀ ਕੋਸ਼ਿਸ਼ ਕਰਦੇ ਹੋ ਤੇ ਨਾ ਤੁਸੀਂ ਉਹਨਾਂ ਨਾਲ ਤੁਰਨ ਦੀ ਕੋਸ਼ਿਸ਼ ਕਰਦੇ ਜਿਹੜੇ ਤੁਹਾਡੀ ਖਾਤਰ ਲੜਦੇ ਆ ਜੇ ਸਿੱਖੀズム ਵਿੱਚ ਵੀ ਮੱਝ ਵੀ ਜਿਹੜੇ ਸਿੱਖੋ ਦਲਤ ਉਹਨਾਂ ਨੇ ਸਿੱਖੀズム ਦੀ ਖਾਤਰ ਜੰਗਾਂ ਲੜੀਆਂ ਤੇ ਤੁਸੀਂ ਮਲਾਈ ਚੱਟੀ ਆ ਬੰਦਾ ਸਿੰਘ ਬਹਾਦਰ ਵੇਲੇ ਆ ਕੇ ਜਦੋਂ ਤੁਹਾਨੂੰ ਜ਼ਮੀਨਾਂ ਤੇ ਕਬਜ਼ੇ ਕਰਾਇਆ ਤੁਸੀਂ ਮਲਾਈ ਚੱਟੀ ਆ ਤੇ ਸ਼ਹੀਦ ਹੋਇਆ ਤੇ ਐਸ ਵੇਲੇ ਤੁਹਾਡੀ ਲੜਾਈ ਜਿਹੜੀ ਆ ਰਿਜ਼ਰਵੇਸ਼ਨ ਦੀ 85% ਲੋਕਾਂ ਦੀ ਮੰਡਲ ਕਮਿਸ਼ਨ ਕਾਲਕਰ ਕਮਿਸ਼ਨ 308 ਇਚ ਕੱਢ ਕੱਲ 340 ਉਹਨਾਂ ਨੇ ਸਟੈਬਲਿਸ਼ ਕੀਤਾ ਜੰਗਾ ਉਹ ਲੜਦੇ ਆ ਮੜਾਈ ਖਾਨ ਨੂੰ ਫੇਰ ਤੁਸੀਂ ਆ ਜਾਣਾ ਤੇ ਹੁਣ ਤੁਸੀਂ ਮਦਦ ਕਰਦੇ ਕਿਛਦੀਵਾਲ ਦੀ ਤੇ ਬੀਐਸਪੀ ਤੁਸੀਂ ਕਹੀ ਜਾਂਦੇ ਨਹੀਂ ਇਹ ਤਾਂ ਜੀ ਇਹ ਪਤਾ ਨਹੀਂ ਕੀ ਹੈ ਇਹ ਤਾਂ ਮਾਇਆ ਭਤੀ ਜਿਹੜੀ ਆ ਉਹ ਬਾਦਲ ਤੋਂ ਪਹਿਲਾਂ ਖਾਂਦੀ ਆ ਜਦੋਂ ਤਾਂ ਮੀਡੀਆ ਕਹਿੰਦਾ ਸਿੱਖਾਂ ਦੇ ਉਲਟ ਪ੍ਰਚਾਰ ਕਰਦਾ ਹਰਮੰਦਰ ਸਾਹਿਬ ਦੇ ਜਿਹੜੇ ਖਾਲਸੇ ਸ਼ਹੀਦ ਹੋਏ ਆ ਉਹਨੂੰ ਅੱਤਵਾਦੀ ਕਹਿੰਦਾ ਉਦੋਂ ਤਾਂ ਤੁਸੀਂ ਕਹਿੰਦੇ ਆ ਇਹ ਮੀਡੀਆ ਝੂਠ ਬੋਲਦਾ ਇਹ ਮੈਨੂੰ ਵੱਦੀ ਮੂਧਿਆ ਮੀਡੀਆ ਤੇ ਜਦੋਂ ਮਾਇਆਵਤੀ ਦੀ ਆਲੋਚਨਾ ਕਰਦਾ ਉਦੋਂ ਤੁਸੀਂ ਕਹਿੰਦੇ ਮੀਡੀਆ ਠੀਕ ਹੋ ਤੁਹਾਡਾ ਡਬਲ ਸਟੈਂਡਰਡ ਹੈ ਕਿਉਂਕਿ ਤੁਹਾਡੇ ਅੰਦਰ ਜਾਤ ਹੈ ਤੁਸੀਂ ਮੱਝ ਵੀ ਸਿੱਖ ਨਹੀਂ ਤੁਸੀਂ ਅਸਲੀ ਸਿੱਖ ਤੁਸੀਂ ਧਰਮੀ ਸਿੱਖ ਨਹੀਂ ਬਣੇ ਤੁਸੀਂ 도ਗਲੇ ਸਿੱਖ ਹੋਣੇ ਆ ਜਿਸ ਕਰਕੇ ਤੁਹਾਡੇ ਅੰਦਰ ਜਾਤ ਹੈ ਉਹ ਕੈਰੀ ਕਰ ਰਹੇ ਆ ਪਰ ਰਿਜ਼ਰਵੇਸ਼ਨ ਦੀ ਵਿਰੋਧਤਾ ਕਰਦੇ ਆ ਤੇ ਰਿਜ਼ਰਵੇਸ਼ਨ ਦਾ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਕਿਸੇ ਨੂੰ ਮੰਡਲ ਕਮਿਸ਼ਨ ਦਾ ਨਹੀਂ ਪਤਾ ਕਾਕਾ ਕਾਲਕਰ ਕਮਿਸ਼ਨ ਦਾ ਨਹੀਂ ਪਤਾ ਕਿਸੇ ਨੂੰ ਆਰਟੀਕਲ 340 ਦਾ ਨਹੀਂ ਪਤਾ ਤੇ ਸੰਵਿਧਾਨ ਨੂੰ ਵੀ 파ੜ ਨੂੰ ਤੁਸੀਂ ਹਿਸ਼ਾਰੂ ਆ ਤੁਸੀਂ ਬੈਠ ਕੇ ਸੈਮੀਨਾਰ ਵੀ ਨਹੀਂ ਕਰਾਉਂਦੇ ਸੈਮੀਨਾਰ ਕਰੋ ਸੰਵਿਧਾਨ ਤੇ ਤੁਹਾਡੇ ਭਰਾ ਨੇ 85% ਜੇ ਤੁਸੀਂ ਜੱਟ ਸਿਆਣੀ ਤਰਖਾਨ ਹੋ ਦੂਜੇ ਪਾਸੇ ਚਮਾਲ ਚੂੜੇ ਸਾਸੀ ਮਰਾਸੀ ਆ ਇਹ ਸਾਰੀਆਂ ਨਾਂ ਜਿਹੜੇ ਦਿੱਤੇ ਆ ਇਹ ਮੇਰੇ ਵਿਰੋਹ ਬ੍ਰਾਹਮਣ ਨੇ ਦਿੱਤੇ ਆ ਇਹ ਨੁਕਤਾ ਦੀ ਵੰਡ ਕੀਤੀ ਆ ਇਹਨੂੰ ਖਤਮ ਕਰ ਦੋ ਤੇ ਇਕੱਠੇ ਹੋ ਜਾ ਜਾਂ ਤਾਂ ਦੇਖੇ ਤਾਂ ਹਰ ਮੰਦਰ ਸਮਾ ਨੂੰ ਅੱਖ ਵੀ ਕਰਕੇ ਦੇਖੇ ਬਾਮਣ ਜਾਂ ਤਾਂ ਬਾਬਰੀ ਮਸਜਦਾਂ ਨੂੰ ਮੁਸਲਮਾਨਾਂ ਨੂੰ ਅੱਖ ਵੀ ਕਰਕੇ ਦੇਖੇ ਅੱਜ ਉਹ ਸਾਡੀਆਂ ਇੱਜ਼ਤਾਂ ਵੀ ਲੁੱਟਦਾ ਸਾਰਾ ਕੁਝ ਕਰਦਾ ਕਿਉਂ ਕਰਦਾ ਕਿਉਂਕਿ ਅਸੀਂ ਲੋਕ ਜਾਤ ਵਿੱਚ ਫਸੇ ਹੋਆ ਅਸੀਂ ਗਾਂਧੀ ਨੂੰ ਫਾਲੋ ਕਰਦੇ ਹਾਂ 10ਵੀਂ ਚ ਜਿਹੜਾ ਤਿੰਨ ਵਾਰੀ ਫੇਲ ਹੋਇਆ ਜਿਹੜਾ ਜਿਹਨੂੰ ਇੰਗਲੈਂਡ ਚ ਐਡਮਿਸ਼ਨ ਨਹੀਂ ਮਿਲਿਆ ਅਫਰੀਕਾ ਜਾ ਕੇ ਪੜਿਆ ਤੇ ਬਾਬਾ ਸਾਹਿਬ ਬੇੜਗਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬੇਸ ਤੇ ਭਾਰ ਦਾ ਬੇਗੰਪੁਰਾ ਖਾਲਸਾ ਰਾਜ ਬਣਾਉਣਾ ਚਾਹੁੰਦਾ ਸੀ ਜਿਹੜਾ 7 ਕਰੋੜ ਅਸ਼ੂਤਾਂ ਨੂੰ ਸਿੰਘ ਬਣਾਉਣਾ ਚਾਹੁੰਦਾ ਸੀ ਜਿਨੇ ਤੁਹਾਡੇ ਹੱਕਾਂ ਲਈ ਲੜਿਆ ਜਿਨੇ ਸੰਵਿਧਾਨ ਦੇ ਵਿੱਚ ਤੁਹਾਡੇ ਲਈ ਸ਼ਬਦਾ ਪ੍ਰਾਪਤ ਕੀਤੀ 300 ਆਰਟੀਕਲ 340 ਲਿਖਿਆ ਸਾਇਮਨ ਕਮਿਸ਼ਨ ਲੈ ਕੇ ਆਂਦਾ ਤੁਸੀਂ ਵਿਰੋਧ ਵੀ ਕੀਤਾ ਫਿਰ ਵੀ ਉਹਨਾਂ ਆਰਟੀਕਲ 340 ਲੈ ਦਿੱਤਾ ਤੁਹਾਡੇ ਲਈ ਉਹਦੀ ਤੁਸੀਂ ਵਿਰੋਧਤਾ ਕਰ ਰਹੇ ਹੋ ਤੇ ਬੀਐਸਪੀ ਤੁਸੀਂ ਪੰਜਾਬ ਚ ਖੁੰਝੇ ਲਈਓ ਜੂਪੀ ਦੇ ਵਿੱਚ 22.5% ਦਲਤ ਉੱਥੇ ਸਰਕਾਰ ਬਣਾਉਂਦੇ ਆ ਕਿਉਂਕਿ ਉੱਥੇ ਓਬੀਸੀ ਕੋਲ ਜ਼ਮੀਨਾਂ ਨਹੀਂ ਹੈਗੀਆਂ ਤਾਂ ਉਹ ਨਾਲ ਜੁੜਿਓ ਆ ਇੱਥੇ ਜਿਹੜਾ ਓਬੀਸੀ ਆ ਜੱਟ ਸੰਟਰ ਇਹਨਾਂ ਕੋਲ ਜ਼ਮੀਨਾਂ ਇਹ ਕਹਿੰਦੇ ਇਹ ਉੱਚੀ ਜਾਤ ਦੇ ਹੁੰਨੇ ਮਸ਼ਹਹਰਾਂ ਨੂੰ ਐਵੇਂ ਤਾਦੇ ਹੀ ਜਾਂਦੇ ਆ ਤੇ ਗਾਂਧੀਵਾਦੀਆਂ ਦੀ ਫੇਰ ਤੁਸੀਂ ਫਾਲੋ ਕੀਤੀ ਕਰੀ ਜਾਂਦੇ ਆ ਜਿਹੜੇ ਗਾਂਧੀ ਦੇ ਫਾਲੋਅਰ ਉਹਨੂੰ ਤੁਸੀਂ ਫਾਲੋ ਕਰਦੇ ਕੀਜੀ ਦਲ ਤਾਂ ਬਾਣੀਆਂ ਉਹ ਤਾਂ ਗਾਂਧੀ ਨੂੰ ਫਾਲੋ ਕਰਨੀਆਂ ਬਾਬਾ ਸਾਹਿਬ ਵੇਟਕਾਰ ਦਾ ਵੋਟਾਂ ਲੈਣ ਨੂੰ ਨਾ ਲੈਂਦਾ ਪਰ ਤੁਸੀਂ ਕਹਿੰਦੇ ਨਹੀਂ ਉਹ ਉਹ ਤਾਂ ਕਿ ਬਹੁਤ ਵਧੀਆ ਕਿ ਉਹਨਾਂ ਤਾਂ ਕਿ ਪ੍ਰੇਸ਼ਤਾਚਰ ਖਤਮ ਕਰ ਦੇਣਾ ਤੇ ਕਾਂਚੀਰਾਮ ਨੇ ਕਦੋਂ ਕਿਹਾ ਸੀ ਮੈਂ ਪ੍ਰੇਸ਼ਤਾਚਰ ਕਰੂੰਗਾ ਉਹਦਾ ਕਿਉਂ ਨਹੀਂ ਤੁਹਾਨੂੰ ਸਾਥ ਦਿੱਤਾ ਕਿਉਂ ਨਹੀਂ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਨੂੰ ਲੋਕੀ ਗਏ ਉਹਦੇ ਲਈ ਕਿਉਂਕਿ ਤੁਸੀਂ ਰੇਸਸ ਲੋਕ ਹੋ ਯਾਰ ਇਹ ਮੰਨੋ ਤੁਸੀਂ ਇਸ ਕਰਕੇ ਮੰਡਲ ਕਮਿਸ਼ਨ ਨੂੰ ਸਮਝੋ ਕਾਕਾ ਕਾਲਕਰ ਕਮਿਸ਼ਨ ਨੂੰ ਸਮਝੋ ਤੇ ਕੇਸ਼ਰੀਵਾਲ ਤੋਂ ਪੁੱਛੋ ਕਮੰਡਲ ਕਮਿਸ਼ਨ ਕੀ ਆ ਉਹ ਕਿਉਂ ਨਹੀਂ ਲੱਗ ਹੁੰਦਾ ਉਹਦੇ ਓਪਨ ਡਿਬੇਟ ਕਰਾਓ ਸਾਡੇ ਬੰਦੇ ਡਿਬੇਟ ਕਰਨ ਤਿਆਰ ਆ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕੌਣ ਹੱਕਾਂ ਲਈ ਲੜਦਾ ਤੁਹਾਡੇ ਇਸ ਕਰਕੇ ਮੇਰੇ ਵੀਰੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਆਰਟੀਕਲ 340 ਕੀ ਆ ਕਾਕਾ ਕਾਲਕਰ ਕਮਿਸ਼ਨ ਬਾਬਾ ਸਾਹਿਬ Ambedkar ਨੇ ਉੱਤੇ ਬਹਾਲਿਆ ਸੀ ਨਹਿਰੂ ਨੇ ਖਤਮ ਕਰ ਦਿੱਤਾ ਕਾਕਾ ਕਾਲਕਰ ਕਮਿਸ਼ਨ ਨੇ 2218 ਜਾਤਾਂ ਲਭੀਆਂ ਤੇ ਜਦੋਂ 85% ਲੋਕਾਂ ਨੂੰ ਹਿੱਸਾ ਮਿਲਣ ਲੱਗਾ ਤਾਂ ਉਹਨਾਂ ਦੀ ਰਹਿਸਮਈ ਮੌਤ ਹੋ ਗਈ ਤੇ ਫਿਰ ਦਬਾਅ ਪਾਇਆ ਮੰਡਲ ਕਮਿਸ਼ਨ ਬੈਠਾ ਤੇ ਮੰਡਲ ਕਮਿਸ਼ਨ ਨੇ ਇਸ ਵੇਲੇ ਤੁਹਾਡੀ ਨਿਸ਼ਾਨਦੇਹੀ ਕਰ ਲਈ ਆ ਤੋ ਨੂੰ 85% ਹਿੱਸਾ ਦੋਣਾ ਤੁਹਾਨੂੰ ਜੌਬਾਂ ਦੋਵਆਂੀਆਂ ਸੰਵਿਧਾਨਕ ਤੌਰ ਤੇ ਪਰ ਇਸ ਵੇਲੇ ਜਿਹੜੇ ਰੱcka ਗਾਂਧੀਵਾਦੀ ਲੋਕ ਨੇ ਕਾਂਗਰਸ ਨੇ ਅਕਾਲੀ ਦਲ ਨੇ ਬੀਜੇਪੀ ਆ ਆਰਐਸਐਸ ਉਹ ਰੱcka ਬਣੀਓ ਜੀਤਾ ਰੱcka ਚੱਕਣਾ ਚਾਹਦੇ ਆ ਤਾਂ ਮੇਰੇ ਵੀਰੋ ਅੰਬੇਡਕਰ ਜਥੇਬੰਦੀ ਨਾਲ ਲਿੰਕ ਕਰੋ ਤੇ ਅੱਗੇ ਨੂੰ ਵਧੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿਸ ਤਰੀਕੇ ਨਾਲ ਭਾਰਤ ਅਭੀ ਗੰਪੂਰਾ ਖਾਲਸਾ ਰਜ ਬਣਾਉਣਾ ਕਿਸ ਤਰੀਕੇ ਨਾਲ ਭਾਰਤ ਦੇ 85% ਲੋਕ ਭਾਰਤ ਦੇ ਕਾਬਜ ਕਰ ਰਹੇ ਨੇ ਕਿਸ ਤਰੀਕੇ ਨਾਲ ਮਨੁਵਾਦੀ ਲੋਕ ਘਟ ਗਿਣਤੀ ਵਿੱਚ ਕਰਕੇ ਇਹਨਾਂ ਦੇ ਆਰਐਸਐਸ ਦੇ ਦਫਤਰ ਚਕਾਉਣੇ ਆ ਜਿਹੜੇ ਸਾਡੇ ਅਗੇਂਸਟ ਪਾਲਿਸੀਜ਼ ਘਟਦੇ ਆ ਜਿਹੜੇ ਸਾਡੇ ਅਕਾਲ ਤਖਤ ਤੇ ਅਟੈਕ ਕਰਦੇ ਆ ਜਿਹੜੇ ਸਾਡੀਆਂ ਮਸਜਿਦਾਂ ਤੇ ਅਟੈਕ ਕਰਦੇ ਆ ਜਿਹੜੀਆਂ ਸਾਡੇ ਦਲਿਤ ਭੈਣਾ ਦੇ ਨਾਲ ਬਲਾਤਕਾਰ ਕਰਦੇ ਆ ਇਸ ਤਰੀਕੇ ਨਾਲ ਉਹਨਾਂ ਦੀ ਸਾਰ ਲਈ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਪਾਰ ਜਮੂਲ ਵਸੀ